ਇਹਦੇ ਦੀਆਂ ਸਿੱਧੀਆਂ ਵੀ ਕੁਛ ਨਹੀਂ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਪਾਓ, ਮਤ ਦੇਖ ਭੂਲਾ ਵੀਸਰੇ, ਤੇਰਾ ਚਿੱਤ ਨਾ ਆਵੇ ਨਾ। ਇਤਨੀ ਵੱਡੀ ਅਕਲ ਹੈ ਕਿ ਰਿੱਧੀ ਸਿੱਧੀ ਤੋਂ ਵੀ ਪ੍ਰਭਾਵਿਤ ਨੇ। ਰਿੱਧੀਆਂ ਸਿੱਧੀਆਂ ਜਿਨ੍ਹਾਂ ਕੋਲ ਕੁਛ ਵੀ ਨਹੀਂ, ਨਾ ਪੀਰ ਸਾਈ ਕੋਲ, ਨਾ ਸੈਯਦ ਕੋਲ, ਨਾ ਪੰਡਿਤ ਮਹਾਰਾਜ ਕੋਲ, ਸਿੱਖ ਧੱਕੇ ਪੈ ਖਾਂਦੇ ਨੇ ਉਹਨਾਂ ਕੋਲ। ਇਹ ਪੰਡਿਤ ਮਹਾਰਾਜ, ਇਹ ਪੀਰ ਸਾਈ, ਇਹ ਸੈਯਦ ਸਾਹਿਬ ਦੋ ਦਿਨਾਂ ਸਾਡੇ ਮਸਲੇ ਹੱਲ ਕਰ ਦੇਣਗੇ। ਉਂਝ ਗੁਰਦੁਆਰੇ ਆਣਗੇ, ਕਥਾ ਕੀਰਤਨ ਸੁਣਨਗੇ, ਮੱਥਾ ਟੇਕਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਉਂਝ ਤਾਂ ਅੱਗੇ ਤਵੀਜ਼ਾਂ ਦੇ ਚੱਕਰਾਂ 'ਚ ਪਏ ਨੇ, ਤਮਾਮ ਪੰਜਾਬੀ ਦੇ ਅਖਬਾਰ ਭਰੇ ਪਏ ਨੇ ਸਾਰੇ। ਇਹ ਇੰਗਲਿਸ਼ ਦੇ ਅਖਬਾਰਾਂ 'ਚ ਵੀ ਨਹੀਂ ਹੈ, ਇਹ ਉਰਦੂ ਦੇ ਅਖਬਾਰਾਂ 'ਚ ਵੀ ਨਹੀਂ ਹੈ। ਤਿੰਨ ਅਖਬਾਰ ਉਰਦੂ ਦੇ ਇੰਗਲੈਂਡ ਦੇ 'ਚ ਨਿਕਲਦੇ ਨੇ, ਜੰਗ ਨਿਕਲਦਾ, ਨੇਸ਼ਨ ਨਿਕਲਦਾ, ਔਰ ਸਿਆਸਤ ਨਿਕਲਦਾ। ਮੈਂ ਤਿੰਨਾਂ 'ਚ ਨਹੀਂ ਦੇਖਿਆ, ਨਾ ਇਹ ਪੀਰ ਸਾਈਂ ਦੇਖਿਆ, ਨਾ ਇਹ ਸੈਯਦ ਸਾਹਿਬ ਦੇਖਿਆ, ਨਾ ਇਹ ਪੰਡਿਤ ਮਹਾਰਾਜ ਦੇਖਿਆ। ਸਭ ਪੰਜਾਬੀ ਦੇ ਅਖਬਾਰਾਂ 'ਤੇ ਛਾਏ ਹੋਏ ਨੇ। ਕਿਉਂ? ਸਭ ਸਿੱਖ ਜਾਂਦੇ ਨੇ, ਸਭ ਸਿੱਖ ਜਾਂਦੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਪਖੰਡ ਹੈ, ਜਾਂਦੇ ਉਹਨਾਂ ਕੋਲ। ਮੈਂ ਗੁਰੂ ਨਾਨਕ ਦੇਵ ਜੀ ਦੇ ਦੋ ਬੋਲ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਫਿਰ ਅੱਗੇ ਚੱਲਾਂ ਤੇ ਸਮਾਪਤੀ ਕਰਾਂ, ਸਮਾਂ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਹਮੇਸ਼ਾ ਚੇਤੇ ਰੱਖਣਾ। ਭਾਈ ਰੇ ਮਤ ਕੋਈ ਜਾਣੋ, ਅਵਰ ਕਿਸੀ ਕੇ ਕਿਛ ਹਾਥ ਹੈ। ਇਹ ਮੇਰੇ ਭਰਾ ਭਾਈ ਕਰਕੇ ਸੰਬੋਧਨ ਕਰਦੇ, ਮਤਾਂ ਕਿਧਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ 'ਚ ਵੀ ਕੋਈ ਸ਼ਕਤੀ ਹੈ। ਭਾਈ ਰੇ ਮਤ ਕੋਈ ਜਾਣੋ, ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਕੁਛ ਵੀ ਹਰੀ ਤੋਂ ਬਿਨਾਂ ਪ੍ਰਾਪਤ ਨਹੀਂ ਆਉਂਦਾ, ਨਾ ਵਰ ਨਾ ਸਰਾਪ, ਨਾ ਸੁੱਖ ਨਾ ਦੁੱਖ, ਜੋ ਕੁਛ ਵੀ ਆਉਂਦਾ ਕਰਮਾਂ ਅਨੁਸਾਰ, ਸਭ ਪਰਮਾਤਮਾ ਤੋਂ ਆਉਂਦਾ, ਕਿਸੇ ਤੋਂ ਕੁਛ ਨਹੀਂ ਆਉਂਦਾ। ਸਭ ਝੂਠ ਹੈ, ਸਭ ਪਖੰਡ ਹੈ। ਪਰ ਮੈਂ ਇੱਕ ਦਫ਼ਾ ਅਰਜ਼ ਕਰਦਿਆਂ, ਇੱਕ ਤੰਦਰੁਸਤ ਬੰਦੇ ਨੂੰ ਵੀ ਪੰਜ ਚਾਰ ਡਾਕਟਰ ਕਹਿ ਦੇਣ ਤੈਨੂੰ ਇਹ ਰੋਗ ਹੈ, ਤੈਨੂੰ ਇੱਕ ਰੋਗ ਹੈ, ਉਹਦਾ ਮਨ ਤੇ ਪਕੜ ਲੇਗਾ। ਇਹ ਧਾਗੇ ਤਵੀਜ਼ ਜਾਦੂ ਟੋਣੇ ਕਰਨ ਵਾਲੇ ਪਹਿਲੇ ਕਹਿੰਦੇ ਨੇ ਤੈਨੂੰ ਕੁਝ ਹੈ, ਇਹ ਗੱਲ ਹੈ ਤੇਰੇ ਨਾਲ, ਇਹ ਘਟਨਾ ਘਟਣੀ ਹੈ, ਫਿਰ ਕਹਿਣਗੇ ਆਪਾਂ ਦੂਰ ਕਰਾਂਗੇ। ਧੰਦਾ ਔਰ ਜਿੰਨੇ ਚਿਰ ਤੱਕ ਮਨੁੱਖ ਵਹਿਮ ਪਵਾਦ ਦੇ ਚੱਕਰ 'ਚ ਪਿਆ ਹੋਇਆ ਹੈ, ਸਮਝ ਜ਼ਿਆਦਾ ਨਹੀਂ ਹੈ, ਉਹ ਇਹਨਾਂ ਚੱਕਰਾਂ 'ਚ ਪਏਗਾ। ਗਾਲਬ ਕਹਿੰਦਾ ਹੈ, ਐ ਈਸਾ, ਇਹ ਜੋ ਤੂੰ ਅੰਧੇ ਨੂੰ ਅੱਖਾਂ ਦੇ ਦਿੱਤੀਆਂ, ਬਿਮਾਰ ਨੂੰ ਤੰਦਰੁਸਤ ਕਰ ਦਿੱਤਾ, ਮੁਰਦੇ ਨੂੰ ਜ਼ਿੰਦਾ ਕਰ ਦਿੱਤਾ, ਮੈਂ ਤੇਰੀ ਇਸ ਸਿੱਧੀ ਤੋਂ ਵੀ ਪ੍ਰਭਾਵਿਤ ਨਹੀਂ। ਇਹ ਵੀ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ ਹੈ। ਜਿਸ ਨੂੰ ਤੂੰ ਜ਼ਿੰਦਾ ਕੀਤਾ ਫਿਰ ਨਹੀਂ ਮਰਿਆ, ਤੇ ਜੇ ਫਿਰ ਮਰ ਗਿਆ ਤੇ ਬੱਚਿਆਂ ਦੇ ਤਮਾਸ਼ੇ ਤੂੰ ਵੀ ਕਰਦਾ ਰਿਹਾ, ਐਵੇਂ ਖੇਡਾਂ ਖੇਡਦਾ ਰਿਹਾ ਬੱਚਿਆਂ ਦੇ ਖਿਡੌਣਿਆਂ ਦੇ ਨਾਲ, ਰਿੱਧੀ ਸਿੱਧੀ ਖਿਡੌਣਾ। ਅਕਲ ਮਹਾਨ ਹੋਵੇ, ਮਨੁੱਖ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਆਉਂਦਾ, ਅਕਲ ਚੋਟ ਕਰ ਜਾਂਦੀ ਹੈ, ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ, ਜਾਂ ਫਿਰ ਸੰਸਾਰ ਚੋਟ ਕਰ ਜਾਏ, ਬਹੁਤ ਵੱਡੀ ਚੋਟ ਕਰ ਜਾਏ। ਬੜਾ ਧਨਾੜ ਸੀ, ਦਿਵਾਲੀਆ ਹੋ ਗਏ, ਬੜਾ ਸਮਰੱਥ ਸੀ, ਬੜਾ ਕਮਜ਼ੋਰ ਹੋ ਗਏ, ਬੜੀ ਮਾਨ ਪ੍ਰਤਿਸ਼ਠਾ ਸੀ, ਬੜੀ ਬੇਇੱਜ਼ਤੀ ਹੋ ਗਈ, ਸਰੇਆਮ ਪਗ ਲੈ ਗਈ। ਚੋਟ ਖਾ ਕੇ ਮਨੁੱਖ ਨਿਰਾਸ਼ ਹੋ ਸਕਦਾ ਹੈ, ਉਦਾਸ ਹੋ ਸਕਦਾ ਹੈ। ਹੁਣ ਧਿਆਨ ਨਾਲ ਸੁਣਨਾ, ਸਮਾਪਤੀ ਕਰਾਂ।
ਨਿਰਾਸ਼ ਮਨੁੱਖ, ਉਦਾਸ ਮਨੁੱਖ ਤਿੰਨ ਤਰ੍ਹਾਂ ਦਾ ਫੈਸਲਾ ਕਰ ਸਕਦਾ ਹੈ। ਉਦਾਸ ਤੇ ਨਿਰਾਸ਼ ਵੀ ਤਿੰਨ ਕਾਰਨਾਂ ਕਰਕੇ ਹੋਵੇਗਾ, ਸ਼ਬਦ ਚੋਟ ਕਰ ਜਾਏ, ਆਪਣੀ ਅਕਲ ਚੋਟ ਕਰ ਜਾਏ, ਜਾਂ ਸੰਸਾਰ ਤੋਂ ਕੋਈ ਚੋਟ ਖਾ ਜਾਏ। ਚੋਟ ਖਾਦਾ ਹੋਇਆ ਮਨੁੱਖ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਨਿਰਾਸ਼ ਤੇ ਉਦਾਸ ਫਿਰ ਤਿੰਨ ਤਰ੍ਹਾਂ ਦਾ ਫੈਸਲਾ ਕਰੇਗਾ। ਇਹਨੂੰ ਅਧਿਆਤਮੀ ਪੁਰਸ਼ ਇੰਝ ਕਹਿੰਦੇ ਨੇ, ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮਿਰਤੀ। ਖੁਦ ਨੂੰ ਬਦਲਣਾ, ਖੁਦ ਨੂੰ ਖਤਮ ਕਰਨਾ, ਖੁਦ ਨੂੰ ਬੁਲਾਉਣਾ, ਇਹਨਾਂ ਤਿੰਨਾਂ 'ਚ ਇੱਕ ਕੰਮ ਜ਼ਰੂਰ ਕਰੇਗਾ। ਆਤਮ ਕ੍ਰਾਂਤੀ, ਸ਼ਬਦ ਤੋਂ ਜਿਸਨੇ ਚੋਟ ਖਾਧੀ ਹੈ, ਆਤਮ ਕ੍ਰਾਂਤੀ, ਖੁਦ ਨੂੰ ਬਦਲੇਗਾ, ਕਹੇਗਾ ਐ ਗੁਰੂ, ਅੱਜ ਤੱਕ ਮੈਂ ਆਪਣੇ ਢੰਗ ਨਾਲ ਜੀਵਦਾ ਰਿਹਾ, ਹੁਣ ਤੇਰੇ ਢੰਗ ਨਾਲ ਜੀਵਾਂ। ਅੱਜ ਤੱਕ ਮੈਂ ਆਪਣੇ ਢੰਗ ਨਾਲ ਖਾਂਦਾ ਪੀਂਦਾ ਰਿਹਾ, ਹੁਣ ਜੋ ਕੁਝ ਤੂੰ ਕਹਿੰਦਾ ਮੈਂ ਉਸ ਤਰੀਕੇ ਨਾਲ ਚਲਾਂ। ਹੁਣ ਮੈਂ ਆਪਣਾ ਰਹਿਣ ਸਹਿਣ, ਆਪਣੀ ਤਰਜ਼ੇ ਜ਼ਿੰਦਗੀ ਐ ਗੁਰੂ ਤੇਰੇ ਮੁਤਾਬਕ ਕਰਾਂਗਾ, ਜੋ ਤੂੰ ਕਹਿੰਦਾ। ਇਹਨੂੰ ਕਹਿੰਦੇ ਨੇ ਆਤਮ ਕ੍ਰਾਂਤੀ, ਖੁਦ ਨੂੰ ਬਦਲਣਾ। ਆਤਮ ਹੱਤਿਆ, ਸੁਸਾਈਡ ਕਰਨਾ, ਖੁਦ ਨੂੰ ਖਤਮ ਕਰਨਾ। ਨਿਰਾਸ਼ ਹੋ ਗਿਆ, ਬਿਲਕੁਲ ਉਦਾਸ ਹੋ ਗਿਆ, ਹੋ ਸਕਦਾ ਸੁਸਾਈਡ ਕਰ ਲਵੇ। ਸਾਰੀ ਦੁਨੀਆਂ 'ਚ ਖੁਦਕਸ਼ੀ ਮੌਜੂਦ ਹੈ, ਇਸ ਦੇਸ਼ 'ਚ ਸਭ ਤੋਂ ਜ਼ਿਆਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਆਂਕੜੇ ਜਿਹੜੇ ਮੈਂ ਪੜ੍ਹੇ ਨੇ ਦਿਨਵਾਨ, ਇੱਕ ਮੈਗਜ਼ੀਨ ਹੈ ਭਾਰਤ ਵਿੱਚ ਨਿਕਲਦੀ ਮੰਥਲੀ, ਉਹਦੇ 'ਚ ਆਂਕੜੇ ਪੜ੍ਹ ਕੇ ਮੈਂ ਦੰਗ ਰਹਿ ਗਿਆ। ਸਭ ਤੋਂ ਸ਼ਕਤੀ ਸੰਪੰਨ ਦੇਸ਼ ਅਮੈਰੀਕਾ, ਪਰ ਬਾਕੀ ਮੁਲਕਾਂ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਸੁਸਾਈਡ ਕਰਨ ਵਾਲੇ ਲੋਕ ਇੱਥੇ ਨੇ, ਖੁਦਕਸ਼ੀ ਇੱਥੇ ਕਰਦੇ ਨੇ, ਔਰ ਸਭ ਤੋਂ ਜ਼ਿਆਦਾ ਪਾਗਲ ਵੀ ਇੱਥੇ। ਗੁਸਤਾਖੀ ਮਾਫ, ਸ਼ਮਾ ਦੀ ਯਾਚਨਾ। ਆਤਮ ਕ੍ਰਾਂਤੀ ਕਰੇਗਾ, ਜਾਂ ਆਤਮ ਹੱਤਿਆ ਕਰੇਗਾ, ਜਾਂ ਆਤਮ ਵਿਸਮਿਰਤੀ ਕਰੇਗਾ, ਖੁਦ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇਗਾ, ਦਿਨ ਰਾਤ ਸ਼ਰਾਬ ਦੇ ਨਸ਼ੇ 'ਚ ਹੀ ਰਹੇਗਾ, ਡਰੱਗਸ ਖਾਏਗਾ, ਆਪਣੇ ਆਪ ਨੂੰ ਭੁਲਾਏਗਾ, ਚੇਤੇ ਕੁਛ ਵੀ ਨਾ ਆਵੇ। ਕਿਉਂ ਚੇਤੇ ਆਏਗਾ? ਤੂੰ ਨਿਰਾਸ਼ ਹੈ, ਉਦਾਸ ਹੈ, ਉਦਾਸੀ 'ਚ ਕਿਸ ਤਰ੍ਹਾਂ ਰਵੇ? ਸਭ ਕੁਝ ਤੋਂ ਨਿਰਾਸ਼ ਹੈ, ਕਿਸ ਤਰ੍ਹਾਂ ਰਵੇ? ਨਿਰਾਸ਼ ਹੋਇਆ ਮਨੁੱਖ, ਉਦਾਸ ਹੋਇਆ ਮਨੁੱਖ, ਜਾਂ ਤੇ ਆਤਮ ਕ੍ਰਾਂਤੀ ਕਰੇਗਾ, ਖੁਦ ਨੂੰ ਬਦਲੇਗਾ, ਜਾਂ ਆਤਮ ਹੱਤਿਆ ਕਰੇਗਾ, ਖੁਦ ਨੂੰ ਖਤਮ ਕਰੇਗਾ, ਜਾਂ ਆਤਮ ਵਿਸਮਿਰਤੀ ਕਰੇਗਾ, ਖੁਦ ਨੂੰ ਭੁਲਾਏਗਾ। ਸ਼ਬਦ ਤੋਂ ਜਿਸ ਨੂੰ ਚੋਟ ਲੱਗੀ ਹੈ ਸਤਸੰਗ ਦੇ 'ਚ, ਇਹ ਆਤਮ ਹੱਤਿਆ ਨਹੀਂ ਕਰੇਗਾ, ਇਹ ਆਤਮ ਵਿਸਮਿਰਤੀ ਵੀ ਨਹੀਂ ਕਰੇਗਾ, ਇਹ ਆਤਮ ਕ੍ਰਾਂਤੀ ਕਰੇਗਾ। ਐ ਗੁਰੂ, ਅੱਜ ਤੱਕ ਮੈਂ ਆਪਣੇ ਢੰਗ ਨਾਲ ਜੀਵਦਾ ਰਿਹਾ, ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ। ਅੱਜ ਤੱਕ ਜਿਸਨੇ ਇਸ ਤਰ੍ਹਾਂ ਦਾ ਫੈਸਲਾ ਨਹੀਂ ਕੀਤਾ, ਸ਼ਬਦ ਨੇ ਅਜੇ ਚੋਟ ਨਹੀਂ ਕੀਤੀ ਉਸ ਨੂੰ। ਇਹ ਵੀ ਮੈਂ ਅਰਜ਼ ਕਰਦੇ ਹਾਂ, ਉਦਾਸ ਤੇ ਨਿਰਾਸ਼ ਆਪਣੀ ਅਕਲ ਤੋਂ ਹੋਇਆ ਹੈ, ਜਾਂ ਸੰਸਾਰ ਤੋਂ ਚੋਟ ਖਾ ਕੇ ਹੋਇਆ ਹੈ, ਤੂੰ ਸਹੀ ਫੈਸਲਾ ਕਰਨ ਦੀ ਥਾਂ ਤੇ ਗਲਤ ਫੈਸਲਾ ਵੀ ਕਰ ਸਕਦਾ। ਕਿਸੇ ਕਿਸੇ ਨੇ ਸਹੀ ਫੈਸਲਾ ਵੀ ਕੀਤਾ, ਆਤਮ ਕ੍ਰਾਂਤੀ ਮੈਂ ਕੱਲ ਜ਼ਿਕਰ ਕਰਾਂਗਾ, ਉਹਨੇ ਖੁਦ ਨੂੰ ਬਦਲਿਆ। ਲੇਕਿਨ ਐਸਾ ਵੀ ਹੁੰਦਾ, ਖੁਦ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇਗਾ, ਦਿਨ ਰਾਤ ਨਸ਼ੇ 'ਚ ਹੋਣ, ਜਾਂ ਸੁਸਾਈਡ ਕਰੇਗਾ, ਆਤਮ ਹੱਤਿਆ ਕਰੇਗਾ, ਖੁਦਕਸ਼ੀ ਕਰੇਗਾ। ਜਿਹਨੇ ਆਤਮ ਕ੍ਰਾਂਤੀ ਦੀ ਨਹੀਂ ਸੋਚੀ, ਜਿਹਨੇ ਆਤਮ ਹੱਤਿਆ ਦੀ ਨਹੀਂ ਸੋਚੀ, ਜਿਹਨੇ ਆਤਮ ਵਿਸਮਿਰਤੀ ਦੀ ਨਹੀਂ ਸੋਚੀ, ਅਜੇ ਇਸ ਨੂੰ ਚੋਟ ਨਹੀਂ ਲੱਗੀ, ਅਜੇ ਨਾ ਇਹ ਨਿਰਾਸ਼ ਹੋਇਆ, ਨਾ ਉਦਾਸ ਹੋਇਆ। ਬਾਕੀ ਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕੱਲ੍ਹ ਕਰਾਂਗਾ, ਸਮੇਂ ਦੀ ਉਲੰਘਣਾ ਨਾ ਕਰਾਂ। ਦਰਬਾਰ ਸਾਹਿਬ ਦੇ ਆਏ ਹੋਏ ਮਹਾਨ ਕੀਰਤਨੀ ਬਹੁਤ ਸੁੰਦਰ ਕੀਰਤਨ ਕਰਦੇ ਨੇ, ਰੱਬੀ ਰਸ ਬਣਦਾ ਹੈ,
ਆਪ ਸਮੇਂ ਸਿਰ ਆਇਆ ਕਰੋ।